ਤੁਸੀਂ ਸਾਡਾ ਤੁਹਾਨੂੰ ਅਸੀਂ ਪਰਸਨਲ ਨੰਬਰ ਦਿੱਤਾ, ਹਾਂਜੀ, ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਤੁਹਾਨੂੰ ਲੱਗਦਾ ਅਣਜਾਣ ਬੰਦਾ ਦਰਵਾਜ਼ਾ ਖੜਾਉਂਦਾ, 80 17 ਠੀਕ ਹੈ, ਇਹ ਮੇਰਾ ਪਰਸਨਲ ਨੰਬਰ ਹੈ, ਕਿਸੇ ਟਾਈਮ ਵੀ 24 ਘੰਟੇ 'ਚ ਤੁਸੀਂ ਮੈਨੂੰ ਕਾਲ ਕਰੋਗੇ ਅਤੇ ਮੈਂ ਇਹ ਨੰਬਰ ਚੱਕਾਂਗਾ ਅਤੇ ਨਾਲ ਦੀ ਨਾਲ ਖੁਦ ਆਵਾਂਗਾ। ਠੀਕ ਹੈ ਸਰ। ਵੈਸੇ ਇਸ ਤੋਂ ਇਲਾਵਾ ਟੀਮ ਵੀ ਲਾਤੀ ਆਪਾਂ, ਹਾਂਜੀ ਹਾਂਜੀ, ਇਸ ਰੂਟ 'ਤੇ, ਠੀਕ ਹੈ, ਅਤੇ ਉਹ 24 ਘੰਟੇ ਇਸ ਰੂਟ 'ਤੇ ਗਸ਼ਤ ਕਰੇਗੀ ਔਰ ਤੁਹਾਨੂੰ ਟਾਈਮ ਟੂ ਟਾਈਮ ਮਿਲ ਕੇ ਵੀ ਜਾ ਕੇ ਤੁਹਾਡਾ ਹਾਲ ਪੁੱਛ ਕੇ ਵੀ ਜਾਏਗੀ। ਠੀਕ ਹੈ ਸਰ। ਇਸ ਤੋਂ ਇਲਾਵਾ ਮੈਂ ਜਿਹੜੀਆਂ ਇਸ ਰੂਟ 'ਤੇ ਹੋਰ ਵੀ ਨੇ ਫੈਕਟਰੀਆਂ ਜਾਂ ਭਵਾਨੀਗੜ੍ਹ ਏਰੀਏ 'ਚ ਸਬ ਡਿਵੀਜ਼ਨ 'ਚ ਪੂਰੀਆਂ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਨੇ ਜਿਹੜੇ ਕੈਮਰੇ ਵੀ ਲਗਾਏ ਹੋਏ ਨੇ ਉਹ ਸਿਰਫ ਆਪਦੀ ਸੇਫਟੀ ਲਈ, ਸਿਰਫ ਆਪਦੇ ਦਰਵਾਜ਼ੇ ਤੱਕ, ਉਹਨਾਂ ਨੂੰ ਬੇਨਤੀ ਹੈ ਕੋਈ 3-4 ਹਜ਼ਾਰ ਦਾ ਖਰਚਾ, ਬਹੁਤਾ ਖਰਚਾ ਨਹੀਂ, ਵੀ ਇੱਕ ਰੋਡ 'ਤੇ ਵੀ ਕੈਮਰਾ ਰੋਡ ਸਾਈਡ ਵੱਲ ਵੀ ਕਰਕੇ ਲਾਇਆ ਜਾਵੇ ਤਾਂ ਜੋ ਜੇ ਕੋਈ ਮਾੜਾ ਅਨਸਰ ਆਉਂਦਾ ਉਹਦੀ ਪਹਿਚਾਣ ਕਰਕੇ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਿਕਿਉਰਿਟੀ ਵਾਸਤੇ ਚੌਂਕੀਦਾਰ ਰੱਖਣ, ਅਤੇ ਸਾਨੂੰ ਜਦੋਂ ਵੀ ਫੈਕਟਰੀ 'ਚ ਬੁਲਾਉਣ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਜਾਵਾਂਗੇ। ਠੀਕ ਹੈ, ਆਪਣੀ ਹਿਫਾਜ਼ਤ ਲਈ ਇਹ ਖੁਦ ਵੀ ਅਤੇ ਨਾਲ ਅਸੀਂ ਵੀ ਹੈਗੇ ਹਾਂ, ਇਹਨਾਂ ਨੂੰ ਬੇਫਿਕਰ ਹੋ ਕੇ ਆਪਦਾ ਵਪਾਰ ਕਰਨ, 24 ਘੰਟੇ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਾਜ਼ਰ ਹਾਂ ਅਸੀਂ। ਨਿਊਜ਼ 18 ਦਾ ਮੈਨੂੰ ਧੰਨਵਾਦ ਆ ਵੀ ਉਹਨਾਂ ਨੇ ਪੂਰਾ ਸਾਡਾ ਸਾਥ ਦਿੱਤਾ ਹੈਗਾ, ਅਤੇ ਪੁਲਿਸ ਪ੍ਰਸ਼ਾਸਨ ਵੀ ਸਾਡਾ ਪੂਰਾ ਸਾਥ ਦੇ ਰਹੇ ਆ ਔਰ ਕਾਰਵਾਈ ਪੂਰੀ ਹੋ ਰਹੀ ਹੈ, ਇਹਨਾਂ ਪੂਰੀ ਚੰਗੀ ਪੱਧਰ 'ਤੇ ਕਾਰਵਾਈ ਕਰ ਰਹੇ ਨੇ, ਸੀਏ ਸਟਾਫ ਲਾ ਰੱਖਿਆ ਇਹਨਾਂ ਨੇ, ਅਤੇ ਛੇਤੀ ਇਹਨਾਂ ਨੇ ਇਸ ਸੰਬੰਧ ਨੂੰ ਭਰੋਸਾ ਦਿੱਤਾ ਵੀ ਚੋਰ ਫੜੇ ਜਾਣਗੇ। ਵੀ ਬਹੁਤ ਇਹਨਾਂ ਦਾ ਸਾਨੂੰ ਧੰਨਵਾਦ ਆ ਵੀ ਜੇ ਇਹਨਾਂ ਨੇ ਰਾਤ ਨੂੰ ਵੀ ਸਾਡੇ ਕੋਲ ਆ ਕੇ ਇਹ ਪੂਰਾ ਸਾਨੂੰ ਭਰੋਸਾ ਦਿੰਦੇ ਨੇ ਵੀ ਹਾਂ ਵੀ ਕੋਈ ਗੱਲਬਾਤ ਹੁੰਦੀ ਆ ਸਾਨੂੰ ਟੈਲੀਫੋਨ ਕਰੋ। ਖੁਦ ਨੰਬਰ ਦਿੱਤਾ ਡੀਐਸਪੀ ਸਾਹਿਬ? ਹਾਂ, ਡੀਐਸਪੀ ਸਾਹਿਬ ਨੇ ਖੁਦ ਨੰਬਰ ਦਿੱਤਾ, ਸੀਆਈ ਸਟਾਫ ਨੇ ਸਾਨੂੰ ਨੰਬਰ ਦਿੱਤਾ ਹੋਇਆ। ਬਲਿੰਦਰ ਜੀ, ਤੁਹਾਨੂੰ ਡਿਪਟੀ ਸਾਹਿਬ ਖੁਦ ਮਿਲਣ ਆਏ ਸੀ? ਹਾਂ, ਸਾਨੂੰ ਖੁਦ ਮਿਲਣ ਆਏ ਸੀ, ਉਹਨਾਂ ਨੇ ਰਾਤ ਨੂੰ ਗੱਡੀ ਲਾ ਦਿੱਤੀ ਉਰੇ ਰੋਡ 'ਤੇ ਵੀ ਇਕੱਲੀ ਸਾਡੀ ਨਹੀਂ ਹੋਰ ਫੈਕਟਰੀਆਂ ਬਥੇਰੀਆਂ ਨੇ, ਸਭ 'ਤੇ ਇੱਕ ਪੂਰੀ ਉਹ ਭਰੋਸਾ ਦੇ ਕੇ ਗਏ ਨੇ ਵੀ ਕਿਸੇ ਵੀ ਫੈਕਟਰੀ 'ਚ ਹੁਣ ਮੁੜ ਕੇ ਕਾਰਵਾਈ ਨਹੀਂ ਹੋਊਗੀ, ਵੀ ਕੋਈ ਚੋਰੀ ਨਹੀਂ ਹੋ ਸਕਦੀ। ਕੀ ਲੱਗਦਾ ਜਿਹੜਾ ਪੁਲਿਸ ਨੇ ਭਰੋਸਾ ਦਿੱਤਾ ਉਹਨਾਂ ਜਿਹੜੇ ਹੋਰ ਵਪਾਰੀ ਨੇ ਉਹਨਾਂ 'ਚ ਵੀ ਭਰੋਸਾ? ਹਾਂ, ਉਹਨਾਂ 'ਚ ਵੀ ਭਰੋਸਾ ਆਇਆ ਵੀ ਹੁਣ ਇੱਥੇ ਗੱਡੀ ਆਉਂਦੀ ਆ, ਰਾਤ ਨੂੰ 3 ਵਾਰੀ ਗੱਡੀ ਆਉਂਦੀ ਆ, 2-3 ਵਾਰੀ ਗੱਡੀ ਆਉਂਦੀ ਆ, ਤਾਂ ਹਾਂ ਉਹਦੇ ਵਿੱਚ ਚੌਂਕੀਦਾਰ ਨੂੰ ਵੀ ਭਰੋਸਾ ਹੋ ਗਿਆ ਵੀ ਸਾਹ ਅੱਗੇ ਤੋਂ ਸਾਨੂੰ ਕੋਈ ਕਾਰਵਾਈ, ਇੱਥੇ ਕੋਈ ਡਰ ਨਹੀਂ ਸਾਨੂੰ ਹੈਗਾ, ਕੋਈ ਸਾਨੂੰ ਮਾਰ ਕੇ ਨਹੀਂ ਜਾ ਸਕਦਾ ਹੈਗਾ ਬੰਦਾ। ਯਾਨੀ ਕਿ ਪੁਲਿਸ ਲਗਾਤਾਰ? ਹਾਂ, ਲਗਾਤਾਰ ਇੱਥੇ ਗਸ਼ਤ ਕਰ ਰਹੀ। ਤੁਸੀਂ ਸਾਡਾ ਤੁਹਾਨੂੰ ਅਸੀਂ ਪਰਸਨਲ ਨੰਬਰ ਦਿੱਤਾ, ਹਾਂਜੀ, ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਦਿੱਕਤ ਆਉਂਦੀ ਹੈ, ਤੁਹਾਨੂੰ ਲੱਗਦਾ ਅਣਜਾਣ ਬੰਦਾ ਦਰਵਾਜ਼ਾ ਖੜਾਉਂਦਾ, 80 17 ਠੀਕ ਹੈ, ਇਹ ਮੇਰਾ ਪਰਸਨਲ ਨੰਬਰ ਹੈ, ਕਿਸੇ ਟਾਈਮ ਵੀ 24 ਘੰਟੇ 'ਚ ਤੁਸੀਂ ਮੈਨੂੰ ਕਾਲ ਕਰੋਗੇ ਅਤੇ ਮੈਂ ਇਹ ਨੰਬਰ ਚੱਕਾਂਗਾ ਅਤੇ ਨਾਲ ਦੀ ਨਾਲ ਖੁਦ ਆਵਾਂਗਾ। ਠੀਕ ਹੈ ਸਰ। ਵੈਸੇ ਇਸ ਤੋਂ ਇਲਾਵਾ ਟੀਮ ਵੀ ਲਾਤੀ ਆਪਾਂ, ਹਾਂਜੀ ਹਾਂਜੀ, ਇਸ ਰੂਟ 'ਤੇ, ਠੀਕ ਹੈ, ਅਤੇ ਉਹ 24 ਘੰਟੇ ਇਸ ਰੂਟ 'ਤੇ ਗਸ਼ਤ ਕਰੇਗੀ ਔਰ ਤੁਹਾਨੂੰ ਟਾਈਮ ਟੂ ਟਾਈਮ ਮਿਲ ਕੇ ਵੀ ਜਾ ਕੇ ਤੁਹਾਡਾ ਹਾਲ ਪੁੱਛ ਕੇ ਵੀ ਜਾਏਗੀ। ਠੀਕ ਹੈ ਸਰ। ਇਸ ਤੋਂ ਇਲਾਵਾ ਮੈਂ ਜਿਹੜੀਆਂ ਇਸ ਰੂਟ 'ਤੇ ਹੋਰ ਵੀ ਨੇ ਫੈਕਟਰੀਆਂ ਜਾਂ ਭਵਾਨੀਗੜ੍ਹ ਏਰੀਏ 'ਚ ਸਬ ਡਿਵੀਜ਼ਨ 'ਚ ਪੂਰੀਆਂ, ਉਹਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਹਰ ਇੱਕ ਨੇ ਜਿਹੜੇ ਕੈਮਰੇ ਵੀ ਲਗਾਏ ਹੋਏ ਨੇ ਉਹ ਸਿਰਫ ਆਪਦੀ ਸੇਫਟੀ ਲਈ, ਸਿਰਫ ਆਪਦੇ ਦਰਵਾਜ਼ੇ ਤੱਕ, ਉਹਨਾਂ ਨੂੰ ਬੇਨਤੀ ਹੈ ਕੋਈ 3-4 ਹਜ਼ਾਰ ਦਾ ਖਰਚਾ, ਬਹੁਤਾ ਖਰਚਾ ਨਹੀਂ, ਵੀ ਇੱਕ ਰੋਡ 'ਤੇ ਵੀ ਕੈਮਰਾ ਰੋਡ ਸਾਈਡ ਵੱਲ ਵੀ ਕਰਕੇ ਲਾਇਆ ਜਾਵੇ ਤਾਂ ਜੋ ਜੇ ਕੋਈ ਮਾੜਾ ਅਨਸਰ ਆਉਂਦਾ ਉਹਦੀ ਪਹਿਚਾਣ ਕਰਕੇ ਉਹਨੂੰ ਜਲਦੀ ਗ੍ਰਿਫਤਾਰ ਕੀਤਾ ਜਾ ਸਕੇ। ਇਸ ਤੋਂ ਇਲਾਵਾ ਸਿਕਿਉਰਿਟੀ ਵਾਸਤੇ ਚੌਂਕੀਦਾਰ ਰੱਖਣ, ਅਤੇ ਸਾਨੂੰ ਜਦੋਂ ਵੀ ਫੈਕਟਰੀ 'ਚ ਬੁਲਾਉਣ ਅਸੀਂ ਉਹਨਾਂ ਨੂੰ ਮੋਟੀਵੇਟ ਕਰਕੇ ਜਾਵਾਂਗੇ। ਠੀਕ ਹੈ, ਆਪਣੀ ਹਿਫਾਜ਼ਤ ਲਈ ਇਹ ਖੁਦ ਵੀ ਅਤੇ ਨਾਲ ਅਸੀਂ ਵੀ ਹੈਗੇ ਹਾਂ, ਇਹਨਾਂ ਨੂੰ ਬੇਫਿਕਰ ਹੋ ਕੇ ਆਪਦਾ ਵਪਾਰ ਕਰਨ, 24 ਘੰਟੇ ਇਹਨਾਂ ਦੀ ਜਾਨ ਮਾਲ ਦੀ ਸੁਰੱਖਿਆ ਲਈ ਹਾਜ਼ਰ ਹਾਂ ਅਸੀਂ। ਨਿਊਜ਼ 18 ਦਾ ਮੈਨੂੰ ਧੰਨਵਾਦ ਆ ਵੀ ਉਹਨਾਂ ਨੇ ਪੂਰਾ ਸਾਡਾ ਸਾਥ ਦਿੱਤਾ ਹੈਗਾ,
ਅਤੇ ਪੁਲਿਸ ਪ੍ਰਸ਼ਾਸਨ ਵੀ ਸਾਡਾ ਪੂਰਾ ਸਾਥ ਦੇ ਰਹੇ ਆ ਔਰ ਕਾਰਵਾਈ ਪੂਰੀ ਹੋ ਰਹੀ ਹੈ ਇਹਨਾਂ ਪੂਰੀ ਚੰਗੀ ਪੱਧਰ 'ਤੇ ਕਾਰਵਾਈ ਕਰ ਰਹੇ ਨੇ ਸੀ ਸਟਾਫ ਲਾ ਰੱਖਿਆ ਇਹਨਾਂ ਨੇ ਅਤੇ ਛੇਤੀ ਇਹਨਾਂ ਨੇ ਇਸ ਵੱਲ ਨੂੰ ਭਰੋਸਾ ਦਿੱਤਾ ਵੀ ਚੋਰ ਫੜੇ ਜਾਣਗੇ ਵੀ ਬਹੁਤ ਇਹਨਾਂ ਦਾ ਸਾਨੂੰ ਧੰਨਵਾਦ ਆ ਵੀ ਜੇ ਇਹਨਾਂ ਨੇ ਰਾਤ ਨੂੰ ਵੀ ਸਾਡੇ ਕੋਲ ਆ ਕੇ ਪੂਰਾ ਸਾਨੂੰ ਭਰੋਸਾ ਦਿੰਦੇ ਨੇ ਵੀ ਹਾਂ ਵੀ ਜੇ ਕੋਈ ਗੱਲਬਾਤ ਹੁੰਦੀ ਆ ਸਾਨੂੰ ਟੈਲੀਫੋਨ ਕਰੋ ਖੁਦ ਨੰਬਰ ਦਿੱਤਾ ਡੀਐਸਪੀ ਸਾਹਿਬ ਹਾਂ ਡੀਐਸਪੀ ਸਾਹਿਬ ਨੇ ਖੁਦ ਨੰਬਰ ਦਿੱਤਾ ਸੀਆਈ ਸਟਾਫ ਨੇ ਸਾਨੂੰ ਨੰਬਰ ਦਿੱਤਾ ਹੋਇਆ ਬਲਿੰਦਰ ਜੀ ਤੁਹਾਨੂੰ ਡਿਪਟੀ ਸਾਹਿਬ ਖੁਦ ਮਿਲਣ ਆਏ ਸੀ ਹਾਂ ਸਾਨੂੰ ਖੁਦ ਮਿਲਣ ਆਏ ਸੀ ਉਹਨਾਂ ਨੇ ਰਾਤ ਨੂੰ ਗੱਡੀ ਲਾ ਦਿੱਤੀ ਉਰੇ ਰੋਡ 'ਤੇ ਵੀ ਇਕੱਲੀ ਸਾਡੀ ਨਹੀਂ ਹੋਰ ਫੈਕਟਰੀਆਂ ਬਥੇਰੀਆਂ ਨੇ ਸਭ 'ਤੇ ਹੀ ਪੂਰੇ ਉਹ ਭਰੋਸਾ ਦੇ ਕੇ ਗਏ ਨੇ ਵੀ ਕਿਸੇ ਵੀ ਫੈਕਟਰੀ 'ਚ ਹੁਣ ਮੁੜ ਕੇ ਕਾਰਵਾਈ ਨਹੀਂ ਹੋਊਗੀ ਵੀ ਕੋਈ ਚੋਰੀ ਨਹੀਂ ਹੋ ਸਕਦੀ ਕੀ ਲੱਗਦਾ ਜਿਹੜਾ ਪੁਲਿਸ ਨੇ ਭਰੋਸਾ ਦਿੱਤਾ ਉਹਦੇ ਨਾਲ ਜਿਹੜੇ ਹੋਰ ਵਪਾਰੀ ਨੇ ਉਹਨਾਂ 'ਚ ਵੀ ਭਰੋਸਾ ਹਾਂ ਉਹਨਾਂ 'ਚ ਵੀ ਭਰੋਸਾ ਆਇਆ ਵੀ ਹੁਣ ਇੱਥੇ ਗੱਡੀ ਆਉਂਦੀ ਆ ਰਾਤ ਨੂੰ 3 ਵਾਰੀ ਗੱਡੀ ਆਉਂਦੀ ਆ 2-3 ਵਾਰੀ ਗੱਡੀ ਆਉਂਦੀ ਆ ਤਾਂ ਹਾਂ ਉਹਦੇ ਵਿੱਚ ਚੌਂਕੀਦਾਰ ਨੂੰ ਵੀ ਭਰੋਸਾ ਹੋ ਗਿਆ ਵੀ ਸਾਹ ਅੱਗੇ ਤੋਂ ਸਾਨੂੰ ਕੋਈ ਕਾਰਵਾਈ ਇੱਥੇ ਕੋਈ ਡਰ ਨਹੀਂ ਸਾਨੂੰ ਹੈਗਾ ਕੋਈ ਸਾਨੂੰ ਮਾਰ ਕੇ ਨਹੀਂ ਜਾ ਸਕਦਾ ਹੈਗਾ ਬੰਦਾ ਯਾਨੀ ਕਿ ਪੁਲਿਸ ਲਗਾਤਾਰ ਹਾਂ ਲਗਾਤਾਰ ਇੱਥੇ ਗਸ਼ਤ ਕਰ ਰਹੀ